ਕੈਪਟਨ ਸਰਕਾਰ ਵੱਲੋਂ ਕਿਸਾਨ ਕਰਜ਼ਾ ਮੁਆਫੀ ਸਕੀਮ ਲਈ ਬਣਾਏ ਗਏ ਬ੍ਰਾਂਡ ਅੰਬੈਸਡਰ ਡੇਰਾ ਬਾਬਾ ਨਾਨਕ ਦੇ ਪਿੰਡ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ ਕਰਨਾ ਕਾਂਗਰਸ ਸਰਕਾਰ ਭੁੱਲੀ ਤਾਂ ਅਕਾਲੀ ਦਲ ਨੇ ਵੀ ਇਸ ਤੇ ਮਾਸਟਰ ਸਟ੍ਰੋਕ ਲਗਾ ਦਿੱਤਾ। ਬੀਤੇ ਦਿਨੀ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਕਿਸਾਨ ਬੁੱਧ ਸਿੰਘ ਦੇ ਘਰ ਪਹੁੰਚੇ ਤੇ ਉਸ ਦਾ 3,85,000 ਦਾ ਕਰਜ਼ ਅਦਾ ਕੀਤਾ, ਪਰ ਮਜੀਠੀਆ ਦੀ ਇਹ ਕਾਰਵਾਈ ਕਾਂਗਰਸੀ ਆਗੂਆਂ ਨੂੰ ਤਿੱਖੇ ਸੂਲ ਵਾਂਗ ਚੁੱਭਦੀ ਵਿਖਾਈ ਦੇ ਰਹੀ ਹੈ। ਦਰਅਸਲ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਜੀਠੀਆ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਜੀਠੀਆ ਨੂੰ ਅਜੇ ਤੱਕ ਬਹੁਤ ਸਾਰਾ ਹਿਸਾਬ ਲੋਕਾਂ ਨੂੰ ਦੇਣਾ ਹੋਵੇਗਾ, ਸਿਰਫ ਕੇਜਰੀਵਾਲ ਦੇ ਨਾਲ ਹਿਸਾਬ ਨਿਬੇੜ ਕੇ ਮਜੀਠੀਆ ਲੋਕਾਂ ਦੀ ਕਚਹਿਰੀ ਤੋਂ ਫਾਰਕ ਨਹੀਂ ਹੋ ਸਕਦੇ, ਜਦਕਿ ਮਜੀਠੀਆ ਦਾ ਨਿਪਟਾਰਾ ਵੀ ਪੰਜਾਬ ਦੀ ਜਨਤਾ ਹੀ ਕਰੇਗੀ। ਦੇਖਿਓ, ਮਜੀਠੀਆ ਸਾਹਿਬ ਕੋ ਤਾਂ ਆਪਣੇ ਹਿਸਾਬ ਕੇ ਚੈੱਕ ਦੇਣੇ ਪੜੇਗੇ, ਮਜੀਠੀਆ ਸਾਹਿਬ ਕੋ ਬਹੁਤ ਸੀ ਬਾਤੋਂ ਕਾ ਜਵਾਬ ਦੇਣਾ ਪੜੇਗਾ। ਅਕੇਲੇ ਕੇਜਰੀਵਾਲ ਸਾਹਿਬ ਸੇ ਬਾਤ ਨਿਪਟੇਗੀ ਨਹੀਂ, ਪੰਜਾਬ ਕੇ ਜਨਤਾ ਕੋ ਹਿਸਾਬ ਦੇਣਾ ਪੜੇਗਾ, ਆਪਣੇ ਕੀਓਂ ਕਾ ਜੋ ਚੈੱਕ ਹੈ ਵੋ ਜਨਤਾ ਮੇਂ ਦਿਖਾਣਾ ਪੜੇਗਾ। ਇਸ ਤੋਂ ਇਲਾਵਾ ਰਾਫੇਲ ਡੀਲ ਨੂੰ ਲੈ ਕੇ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਕਈ ਨਿਸ਼ਾਨੇ ਸਾਧੇ ਨੇ। ਚੰਡੀਗੜ੍ਹ ਤੋਂ ਦਿਨੇਸ਼ ਗੋਇਲ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।